ਕਿ ਰੂਹ ਨੂੰ ਕੰਬਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਵਿਖਾਈ ਦੇ ਰਹੀਆਂ ਹੋਣਗੀਆਂ। ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਕਿ 13 ਸਾਲਾ ਬੱਚੀ ਜੋ ਕਿ 2000 ਰੁਪਏ ਦੇ ਵਜ਼ੀਫੇ ਦੇ ਲਈ ਪ੍ਰੀਖਿਆ ਦੇਣ ਜਾਣੀ ਹੁੰਦੀ ਹੈ, ਉਹਨੇ ਆਪਣੇ ਪਰਿਵਾਰ ਦੇ ਨਾਲ ਕਾਰ ਦੇ ਵਿੱਚ ਸਵਾਰ ਹੋ ਕੇ ਬੱਚੀ ਘਰੋਂ ਨਿਕਲਦੀ ਹੈ ਤੇ ਬੱਸ ਸਟੈਂਡ ਤੇ ਉਸਦੀ ਇੱਕ ਸਹੇਲੀ ਜਿਸਦੀ ਉਮਰ ਵੀ 13 ਸਾਲ ਸੀ, ਉਸਦਾ ਨਾਮ ਸਹਿਜਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ, ਉਸਦੀ ਉਡੀਕ ਕਰ ਰਹੀ ਹੁੰਦੀ ਹੈ। ਇਹ ਜੋ 13 ਸਾਲਾ ਬੱਚੀ ਆਪਣੇ ਪੂਰੇ ਪਰਿਵਾਰ ਸਮੇਤ ਬੱਸ ਸਟੈਂਡ ਦੇ ਨਜ਼ਦੀਕ ਗੱਡੀ ਰੋਕਦੀ ਹੈ, ਬਾਅਦ ਵਿੱਚ ਸਹਿਜਪ੍ਰੀਤ ਕੌਰ ਨੂੰ ਵੀ ਕਾਰ ਦੇ ਵਿੱਚ ਬਿਠਾ ਲਿਆ ਜਾਂਦਾ ਹੈ। ਜਿਵੇਂ ਹੀ ਪਰਿਵਾਰ ਅੱਗੇ ਵੱਧਦਾ ਹੈ ਸਕਾਲਰਸ਼ਿਪ ਦਾ ਐਗਜ਼ਾਮ ਦੇਣ ਇਹਨਾਂ ਨੇ ਜਾਣਾ ਹੁੰਦਾ ਹੈ, ਅੱਧ ਰਾਸਤੇ ਹੀ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਇਹ ਸਾਰੇ ਦੇ ਸਾਰੇ ਲੋਕ ਜੋ ਕਿ ਕਾਰ ਦੇ ਵਿੱਚ ਸਵਾਰ ਹੁੰਦੇ ਨੇ। ਦੱਸ ਦਈਏ ਕਿ ਅਚਾਨਕ ਹੀ ਤੇਜ਼ ਬਾਰਿਸ਼ ਦੇ ਚਲਦਿਆਂ ਭਾਰੀ ਦਰਖਤ ਇਹਨਾਂ ਦੀ ਕਾਰ ਦੇ ਉੱਤੇ ਆ ਕੇ ਡਿੱਗਦਾ ਹੈ, ਉਸ ਤੋਂ ਬਾਅਦ ਮੌਕੇ ਤੇ ਚੀਕ ਚਹਾੜਾ ਪੈ ਜਾਂਦਾ ਹੈ। ਜੋ ਸਹਿਜਪ੍ਰੀਤ ਨਾਮ ਦੀ ਲੜਕੀ ਹੈ ਜਿਸ ਨੂੰ ਬੱਸ ਸਟੈਂਡ ਤੋਂ ਪਿਕਅਪ ਕੀਤਾ ਗਿਆ, ਉਸਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਦੱਸ ਦਈਏ ਕਿ ਕਾਫੀ ਜ਼ਿਆਦਾ ਸੱਟਾਂ ਚੋਟਾਂ ਉਸਦੇ ਸਿਰ ਦੇ ਵਿੱਚ ਆਈਆਂ, ਜਿਸ ਤੋਂ ਬਾਅਦ ਮਾਸੂਮ ਬੱਚੀ ਜਿਸਦੀ ਉਮਰ ਮਹਿਜ 13 ਸਾਲ ਹੈ ਉਸਦੀ ਜੀਵਨ ਲੀਲਾ ਸਮਾਪਤ ਹੋ ਜਾਂਦੀ ਹੈ। ਦੱਸ ਦਈਏ ਕਿ ਬਾਕੀ ਦੇ ਜੋ ਲੋਕ ਕਾਰ ਦੇ ਵਿੱਚ ਸਵਾਰ ਸਨ। ਸਰ ਜੀ ਪਿੰਡੋਂ ਆ ਰਹੇ ਸੀ, ਦੋ ਗੁੜੀਆਂ ਦਾ ਪੇਪਰ ਸੀਗਾ ਜੀ, ਇੱਥੇ ਪੇਪਰ ਦਿਵਾਉਣ ਆਏ ਸੀਗੇ ਜੀ, ਫਰੀਦਕੋਟ ਸਿੰਘਾਂ ਪਿੰਡ ਹੈ ਜੀ। ਰਸਤੇ 'ਚ ਆਉਂਦੇ ਤੇ ਇੱਕ ਪਿੱਪਲ ਡਿੱਗਿਆ ਜੀ, ਉਹਦੇ ਡਿੱਗਣ ਕਾਰਨ ਕਰਕੇ ਜੀ ਸੱਟਾਂ ਲੱਗੀਆਂ ਜੀ। ਕਿੰਨੇ ਬੰਦੇ ਠੀਕ? ਪੰਜ ਜਣੇ ਸੀਗੇ ਜੀ। ਜੀ ਹਾਲਾਤ ਕਿਵੇਂ ਦੇ? ਠੀਕ ਹੈ ਜੀ, ਠੀਕ ਹੈ ਜੀ। ਅੱਗੇ ਇੱਕ ਗੁੜੀਆ ਦੀ ਦੇਖੋ ਜੀ ਨਾਲ ਦੀ, ਹਾਂਜੀ ਰਾਤ ਵਧੀਆ ਜੀ ਚੱਲੀ ਜਾਂਦੇ ਜੀ, ਹੋ ਰਿਹਾ ਜੀ। ਹਾਂਜੀ ਹਾਂਜੀ, ਬਾਕੀ ਦੇ ਹਾਲਾਤ ਠੀਕ ਹੈ ਸਰ ਜੀ ਉਹਨਾਂ ਦੇ? ਸਰ SSF ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਕੋਟਕਪੂਰਾ ਤੋਂ ਇੱਕ ਫਰੀਦਕੋਟ ਜਾ ਰਹੀ ਗੱਡੀ ਦੇ ਉੱਪਰ ਇਦਾਂ ਕਰਕੇ ਇੱਕ ਦਰਖਤ ਡਿੱਗਿਆ ਹੈ ਤੇ ਬਹੁਤ ਨੁਕਸਾਨ ਹੋਇਆ ਕਿ ਪਹੁੰਚੋ ਹਨਾ। ਸਰ ਜਦੋਂ ਹੀ ਆਪਾਂ ਪਹੁੰਚੇ ਮੌਸਮ ਖਰਾਬ ਹੋਣ ਕਾਰਨ ਇਹ ਘਟਨਾ ਵਾਪਰੀ ਹੈ ਕਿ ਇੱਕ ਪੇੜ ਦੀ ਦੂਜੀ ਸਾਈਡ ਰੋਡ ਦੀ ਦੂਜੀ ਸਾਈਡ ਤੋਂ ਇੱਕ ਦਰਖਤ ਡਿੱਗਿਆ ਤੇ ਦੇਖੋ ਗੱਡੀ ਦਾ ਸਰ ਕੀ ਨੁਕਸਾਨ ਹੋਇਆ। ਗੱਡੀ ਦੇ ਉੱਪਰ ਡਿੱਗਾ, ਛੱਤ ਬਿਲਕੁਲ ਗੱਡੀ ਦੀ ਟੁੱਟ ਚੁੱਕੀ ਆ। ਸਰ ਗੱਡੀ 'ਚ 5 ਜਣੇ ਸੀਗੇ। ਸਰ ਉਹਨਾਂ ਦੇ ਸੱਟਾਂ ਕਾਫੀ ਨੇ, ਉਹਨਾਂ ਨਾਲ ਇੱਕ ਕਿਹਾ ਜਾ ਰਿਹਾ ਕਿ ਇੱਕ ਛੋਟਾ ਬੱਚਾ ਸੀ ਉਹਦੇ ਜ਼ਿਆਦਾ ਸੱਟਾਂ ਨੇ। ਸਰ ਮੌਕੇ ਤੇ ਮੌਜੂਦ ਲੋਕਾਂ ਨੇ ਉਹਨਾਂ ਨੂੰ ਕੱਢਿਆ ਸਰ, ਕਿਉਂਕਿ ਸਾਡੇ SSF ਟੀਮ ਜਾਣ ਤੋਂ ਜਸਟ ਪਹਿਲਾਂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਮੌਕੇ ਤੇ ਮੌਜੂਦ ਲੋਕ ਹੀ ਉਹਨਾਂ ਨੂੰ ਮੈਡੀਕਲ ਲੈ ਕੇ ਗਏ ਨੇ। ਸਰ ਇੱਕ ਸਿੰਗਲ ਰੋਡ ਹੈ ਤੇ ਫਿਰ ਟ੍ਰੈਫਿਕ ਬਹੁਤ ਜ਼ਿਆਦਾ ਸੀ, SSF ਟੀਮ ਨੇ ਮੌਕੇ ਤੇ ਆ ਕੇ ਟ੍ਰੈਫਿਕ ਕਲੀਅਰ ਕਰਵਾਇਆ ਔਰ ਸਰ ਮੌਕਾ ਸੰਭਾਲਿਆ ਜੀ। ਪਤਾ ਲੱਗਿਆ ਕਿ ਕਿੱਥੋਂ ਆ ਰਹੇ ਸੀ ਔਰ ਕਿੱਥੇ ਜਾਣਾ ਸੀ ਇਹਨਾਂ ਨੇ? ਹਾਂਜੀ ਸਰ, ਥੋੜਾ ਆਪਾਂ ਪਤਾ ਕਰ ਰਹੇ ਹਾਂ ਹਾਲੇ, ਫੋਟੋ ਵਗੈਰਾ ਸ਼ੇਅਰ ਕਰੀਆਂ ਨੇ ਕਿ ਸਰ ਛੇਤੀ ਤੋਂ ਛੇਤੀ ਜ਼ਖਮੀਆਂ ਦੀ ਪਛਾਣ ਕਰੀ ਜਾ ਸਕੇ। ਫਿਲਹਾਲ ਕੋਈ ਜਾਣਕਾਰੀ ਨਹੀਂ ਸਾਹਮਣੇ ਕਿ ਕਿੱਥੋਂ ਆ ਰਹੇ ਸੀ ਜਾਂ ਕਿੱਥੋਂ ਦੀ ਗੱਡੀ ਹੈ? ਨਹੀਂ ਸਰ, ਹਾਲੇ ਤਾਂ ਇਦਾਂ ਆਪਾਂ ਕਰ ਰਹੇ ਹਾਂ ਜੀ ਕੰਮ। ਬਾਬੇ ਰੋਡੇ ਸ਼ਾਹ ਦੀ ਸਮਾਧ ਹੈ ਕੋਟਕਪੂਰਾ ਰੋਡ 'ਤੇ, ਉੱਥੇ ਇਹ ਸਿਵੀਆਂ ਪਿੰਡ ਤੋਂ ਬਲਜੀਤ ਸਿੰਘ ਸਾਨੂੰ ਬਚਿੰਤ ਸਿੰਘ ਉਹਦੀ ਨਾਲ ਇੱਕ ਭਰਜਾਈ ਸੀ, ਇੱਕ ਬ੍ਰਦਰ ਦੀ ਨੂੰਹ ਸੀ, ਇੱਕ ਇਹਨਾਂ ਦੀ ਪੋਤਰੀ ਸੀਗੀ, ਇੱਕ ਪਿੰਡ 'ਚੋਂ ਲੜਕੀ ਸੀ ਨਾਲ। ਗੁਰਦੁਆਰਾ ਹਰਿੰਦਰਾ ਨਗਰ ਗੁਰਦੁਆਰਾ ਸਾਹਿਬ, ਉੱਥੇ ਪੇਪਰ ਦੇਣ ਆਉਂਦੇ ਸੀ ਬੱਚੇ ਕੋਈ ਨੈਤਿਕ ਦਾ, ਉਹ ਪੇਪਰ ਦੇਣ ਆ ਰਹੇ ਸੀ ਅਤੇ ਦਰਖਤ ਇੱਕਦਮ ਪਾਪੂਲਰ ਦਾ ਸੀਗਾ ਦੂਜੀ ਸਾਈਡ 'ਤੇ, ਉਹ ਡਿੱਗਿਆ ਗੱਡੀ ਦੇ ਉੱਪਰ ਜੀ। ਗੱਡੀ ਦੇ ਉੱਪਰ ਡਿੱਗਣ ਨਾਲ ਅਤੇ ਇਹ ਸਾਰਿਆਂ 5 ਜਣਿਆਂ ਦੀਆਂ ਸੱਟਾਂ ਲੱਗੀਆਂ, ਔਰ ਜਿਹਦੇ ਵਿੱਚੋਂ ਇੱਕ ਲੜਕੀ ਸਹਿਜਪ੍ਰੀਤ ਕੌਰ ਆ ਪਿੰਡ 'ਚੋਂ ਸੀ ਲੜਕੀ, ਜਿਹੜੀ ਨਾਲ ਬੈਠੀ ਸੀ ਬੱਸ ਸਟੈਂਡ ਤੋਂ, ਉਹਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ। ਉਹ ਮੌਤ ਸ਼੍ਰੀ ਹੁਣ ਲੈ ਕੇ ਗਏ। ਬੱਚੇ ਆ ਦੋਨਾਂ ਦੀ ਉਮਰ 13-13 ਸਾਲ ਹੈ, ਉਹ ਕਲਾਸ ਫੈਲੋ ਸੀ, ਦੂਸਰੀ ਬੇਟੀ ਇਹਨਾਂ ਦੀ ਜਿਹੜੀ ਪੋਤਰੀ ਸੀ ਉਹਦੀ ਕਲਾਸ ਫੈਲੋ ਸੀ, ਅਤੇ ਦੂਜੇ ਬਾਕੀ ਜਿਹੜੇ ਪੇਸ਼ੈਂਟ ਹੈਗੇ ਜੀ ਉਹਨਾਂ ਦੀ ਠੀਕ ਹੈ। ਇੱਕ ਜਿਹੜੀ ਉਹਨਾਂ ਦੇ ਭਰਜਾਈ ਸੀ ਉਹਦੇ ਸੱਟ ਥੋੜ੍ਹੀ ਜਿਹੀ ਜ਼ਿਆਦਾ, ਇੱਕ ਉਹਦੇ ਸਿਰ 'ਚ ਵੀ ਹੈ, ਇੱਕ ਗੁੱਟ ਲੱਗਦਾ ਵੀ ਜਿਵੇਂ ਫ੍ਰੈਕਚਰ ਆ। ਹਾਂਜੀ,
ਪੁਲਿਸ ਵੱਲੋਂ ਜੀ ਏਸੀ ਇਕਬਾਲ ਸਿੰਘ ਇਕਬਾਲ ਚੰਦ ਕਾਰਵਾਈ ਕਰ ਰਿਹਾ, ਉਹਨਾਂ ਨੂੰ ਮੈਂ ਇਨਫੋਰਮ ਕਰਤਾ ਉਹ ਆ ਰਹੇ ਆ, ਉਹ ਮੌਕੇ 'ਤੇ ਸੀਗੇ ਅਤੇ ਉਹਨੂੰ ਕਿਹਾ ਵੀ ਆ ਕੇ ਤੁਸੀਂ ਇੱਥੋਂ ਉਹਨਾਂ ਦੇ ਬਿਆਨ ਲਿਖ ਕੇ ਜਿਹੜੀ ਬਣਦੀ ਕਾਰਵਾਈ ਕਰੋ।